ਤੇ ਅੱਜ ਆਪਾਂ ਪਹੁੰਚੇ ਹਾਂ ਮੈਤੇ ਤੇ ਆਹ ਰੋਡ ਹੈਗੀ ਆਪਣੇ ਮੈਤੇ ਤੋਂ ਘਮਾਣਾ ਵਾਲੀ ਰੋਡ ਤੇ ਅੱਜ ਆਪਾਂ ਪਹੁੰਚੇ ਹਾਂ ਸਕਾਈ ਲਾਈਟ ਪੀਜ਼ਾ ਵਾਲਿਆਂ ਕੋਲ ਠੀਕ ਹੈ ਤੇ ਆਓ ਆਪਾਂ ਇਹਨਾਂ ਦੇ ਅੰਦਰ ਐਂਟਰ ਕਰਦੇ ਹਾਂ ਆਪਣਾ ਮੇਨ ਹਰਪ੍ਰੀਤ ਸਿੰਘ ਅਤੇ ਅੱਜ ਆਪਾਂ ਪਹੁੰਚੇ ਹਾਂ ਸਕਾਈ ਲਾਈਟ ਪੀਜ਼ਾ ਵਾਲਿਆਂ ਕੋਲ ਇਹ ਇਹਨਾਂ ਦੀ ਲੋਕੇਸ਼ਨ ਹੈਗੀ ਹੈ ਮਹਿਤਾ ਇਹ ਹੈਗੀ ਮਹਿਤਾ ਤੋਂ ਘਮਾਣ ਵਾਲੀ ਰੋਡ ਠੀਕ ਹੈ ਅਤੇ ਆਓ ਆਪਾਂ ਇਹਨਾਂ ਦੇ ਅੰਦਰ ਐਂਟਰ ਕਰਦੇ ਹਾਂ ਪਹਿਲੇ ਨੰਬਰ 'ਤੇ ਦੇਖਦੇ ਹਾਂ ਪਹਿਲੇ ਨੰਬਰ 'ਤੇ ਆਪਾਂ ਦੇਖਦੇ ਹਾਂ ਕਿ ਆਪਾਂ ਇਹਨਾਂ ਦੇ ਅੰਦਰ ਐਂਟਰ ਕੀਤੇ ਠੀਕ ਹੈ ਇਹਨਾਂ ਨੇ ਸਿਟਿੰਗ ਪਲਾਨ ਜਿਹੜਾ ਕਾਫੀ ਸੋਹਣਾ ਬਣਾਇਆ ਕਾਫੀ ਸੋਹਣਾ ਬਣਾਇਆ ਵਾ ਠੀਕ ਹੈ ਇਸ ਸਾਈਡ 'ਤੇ ਬੈਠੇ ਕੁਝ ਕਸਟਮਰ ਨਹੀਂ ਇੱਧਰ ਨਹੀਂ ਇੱਧਰ ਨਹੀਂ ਇੱਧਰ ਨਹੀਂ ਇਸ ਸਾਈਡ ਇਸ ਸਾਈਡ 'ਤੇ ਬੈਠੇ ਕੁਝ ਕਸਟਮਰ ਖਾ ਪੀ ਰਹੇ ਨੇ ਬਟ ਉਹਨਾਂ ਨੇ ਮਨਾ ਕੀਤਾ ਹੋਇਆ ਵਾ ਅਤੇ ਬਾਕੀ ਤੁਸੀਂ ਦੇਖਦੇ ਪਏ ਜੇ ਕਿ ਸਿਟਿੰਗ ਪਲਾਨ ਇਜ਼ ਵੈਰੀ ਗੁੱਡ ਠੀਕ ਹੈ ਇੱਕ ਸਾਈਡ 'ਤੇ ਇਹਨਾਂ ਵਾਸ਼ਰੂਮ ਵਗੈਰਾ ਵੀ ਬਣਾਇਆ ਵਾ ਅਤੇ ਉੱਪਰ ਇਹਨਾਂ ਨੇ ਬਾਕਾਇਦਾ ਜਿਹੜੇ ਆ ਏ ਸੀ ਵਗੈਰਾ ਲਗਾਏ ਹੋਏ ਨੇ ਠੀਕ ਹੈ ਕੂਲ ਇਨਵਾਇਰਮੈਂਟ ਹੈਗਾ ਵਾ ਕਦੀ ਕੋਈ ਤੁਹਾਨੂੰ ਗਰਮੀ ਵਗੈਰਾ ਨਹੀਂ ਲੱਗੇਗੀ ਉਹ ਤੁਸੀਂ ਇੱਥੇ ਆਉਂਦੇ ਜੇ ਤੁਹਾਨੂੰ ਇੱਥੇ ਬਰਗਰ ਪੀਜ਼ਾ ਕੋਲਡ ਡਰਿੰਕ ਸਨੈਕਸ ਉਹ ਸਾਰਾ ਕੁਝ ਖਾਣ ਪੀਣ ਨੂੰ ਮਿਲੇਗਾ ਅਤੇ ਥੋੜ੍ਹਾ ਜਿਹਾ ਆਪਾਂ ਇਹਨਾਂ ਦੇ ਅੰਦਰ ਐਂਟਰ ਕਰਦੇ ਹਾਂ ਉਸ ਸਾਈਡ 'ਤੇ ਜਿਹੜੇ ਓਨਰ ਬੈਠੇ ਹੋਏ ਨੇ ਠੀਕ ਹੈ ਇਸ ਸਾਈਡ 'ਤੇ ਆਪਾਂ ਅੰਦਰ ਆਏ ਠੀਕ ਹੈ ਪਹਿਲੇ ਨੰਬਰ 'ਤੇ ਹੁੰਦਾ ਕੀ ਆ ਜਦੋਂ ਵੀ ਆਪਾਂ ਕਿਸੇ ਦੇ ਅੰਦਰ ਐਂਟਰ ਕਰਦੇ ਨਾ ਕੀ ਹਾਲ ਚਾਲ ਜਿਹੜੀ ਹੈ ਬਿਲਕੁਲ ਸਾਫ਼ ਸਰ ਆਪਣਾ ਸ਼ੁਭ ਨੇਮ ਕੀ ਆ ਮੇਰਾ ਨਾਮ ਜਗਦੀਪ ਸਿੰਘ ਹੈ ਜੀ ਓਕੇ ਅਤੇ ਤੁਸੀਂ ਸਰ ਇਹ ਰੈਸਟੋਰੈਂਟ ਦੇ ਓਨਰ ਜੇ ਹਾਂਜੀ ਹਾਂਜੀ ਓਕੇ ਅਤੇ ਸਰ ਇਹਨੂੰ ਸਟਾਰਟ ਕਰਨ ਦਾ ਮੋਟਿਵ ਬਸ ਮੋਟਿਵ ਇਹ ਸੀ ਵੀ ਕੋਈ ਨਾ ਕੋਈ ਕੰਮ ਕਰਨਾ ਚਾਹੁੰਦੇ ਸੀ ਓਕੇ ਅਤੇ ਬਾਹਰ ਜਾਣ ਦਾ ਸਾਡਾ ਪ੍ਰੋਬ ਦੂਜਾ ਜਿਹੜਾ ਸੀਗਾ ਪਲਾਨ ਕਦੀ ਵੀ ਨਹੀਂ ਸੀ ਕਿ ਪੰਜਾਬ 'ਚ ਹੀ ਰਹਿਣਾ ਸੀ ਓਕੇ ਪੰਜਾਬ ਨਾਲ ਸਾਡਾ ਪਿਆਰ ਹੈ ਓਕੇ ਇੱਥੇ ਕੋਈ ਕੋਈ ਨਾ ਕੋਈ ਕੰਮ ਕਰਨਾ ਚਾਹੁੰਦੇ ਸੀ ਓਕੇ ਅਤੇ ਰੈਸਟੋਰੈਂਟ ਦਾ ਦਿਮਾਗ 'ਚ ਆਇਆ ਅਤੇ ਰੈਸਟੋਰੈਂਟ ਦਾ ਕੰਮ ਸਟਾਰਟ ਕਰ ਲਿਆ ਓਕੇ ਅਤੇ ਗਾਂ ਸਰ ਇਹਦੀਆਂ ਕਿੱਥੇ ਕਿੱਥੇ ਬ੍ਰਾਂਚਸ ਹੈਗੀਆਂ ਵਾ ਸਾਡੀਆਂ ਇੱਕ ਕਿਸ਼ਨਗੜ੍ਹ ਓਕੇ ਟਾਂਡੇ ਮਿਆਣੀ ਹੋ ਗਈ ਭਲੱਥ ਹੋ ਗਈ ਨਡਾਲੇ ਹੋ ਗਈ ਓਕੇ ਇੱਕ ਇਹ ਮਹਿਤਾ ਚੌਂਕ ਹੈ ਇੱਕ ਹੁਣ ਘੋਗਰੇ ਅਤੇ ਇੱਕ ਇੱਥੋਂ ਜਾਓਗੇ ਜੋ ਥੋੜ੍ਹੀ ਦੂਰ ਤੁਸੀਂ 4-5 ਕਿਲੋਮੀਟਰ ਘਮਾਣ ਉੱਥੇ ਤਿਆਰ ਹੋ ਰਹੇ ਆ ਠੀਕ ਹੈ ਸਰ ਹਾਂਜੀ ਅਤੇ ਖੁਦ ਦੀਆਂ ਬ੍ਰਾਂਚਾਂ ਮਤਲਬ ਕਿ ਤਿਆਰ ਕਰਕੇ ਅਤੇ ਆਪਾਂ ਗਾਂ ਫਰਦਰ ਇਹਨਾਂ ਨੂੰ ਯਾਨੀ ਕਿ ਫਰੈਂਚਾਈਜ਼ੀਆਂ ਜਿਹੜੀਆਂ ਬਣਦੇ ਪਏ ਹਾਂਜੀ ਹਾਂਜੀ ਅਸੀਂ ਅੱਗੇ ਫਰੈਂਚਾਈਜ਼ੀਆਂ ਦਿੰਦੇ ਹਾਂ ਸਾਡੀ ਟੀਮ ਹੈ ਬਾਕੀ ਉਹ ਵੀ ਤੁਹਾਨੂੰ ਥੋੜ੍ਹਾ ਟਾਈਮ ਮਿਲਾਉਣਾ ਮੈਂ ਟੀਮ ਜੋ ਸ਼ੈਫ ਅਤੇ ਦੱਸ ਸਕਦੇ ਜੀ ਇੱਥੇ ਕਿਹੜੀ ਕਿਹੜੀਆਂ ਚੀਜ਼ਾਂ ਆਪਾਂ ਨੂੰ ਖਾਣ ਨੂੰ ਮਿਲਦੀਆਂ ਇੱਥੇ ਪੀਜ਼ਾ ਬਰਗਰ ਸੈਂਡਵਿਚ ਅਤੇ ਰੈਪ ਵਗੈਰਾ ਹੋਰ ਚਿਕਨ ਵਗੈਰਾ ਓਕੇ ਅਤੇ ਬਹੁਤ ਆਈਟਮਾਂ ਨੇ ਜੋ ਸਾਡੇ ਕੋਲ ਤਿਆਰ ਮਿਲਦੀ ਹੈ ਵਧੀਆ ਜੀ ਥੈਂਕ ਯੂ ਸਰ ਆਪਣਾ ਨਾਮ ਕੀ ਆ ਮੇਰਾ ਨਾਮ ਵਿੱਕੀ ਆ ਜੀ ਅਤੇ ਸਰ ਆਪਾਂ ਇੱਥੇ ਕਦੋਂ ਦੇ ਕੰਮ ਕਰਦੇ ਪਏ ਹਾਂ ਮੈਨੂੰ ਭਾਈ ਪਾ 4-5 ਮਹੀਨੇ ਗਏ 4-5 ਮਹੀਨੇ ਹੋ ਗਏ ਅਤੇ ਕਿਹੜੀ ਕਿਹੜੀ ਸਰ ਚੀਜ਼ ਆਪਾਂ ਇੱਥੇ ਬਣਾ ਲੈਂਦੇ ਹਾਂ ਇਹ ਸੈਂਡਵਿਚ ਬਰਗਰ ਵਗੈਰਾ ਓਕੇ ਵੈਜ ਸੈਲਡ ਓਕੇ ਸ਼ੇਕ ਹਾਂਜੀ ਵੀ ਓਕੇ ਡਿਲੀਵਰੀ ਦਾ ਕੰਮ ਵੀ ਕਰਦਾ ਮੈਂ ਡਿਲੀਵਰੀ ਵੀ ਦੇ ਕੇ ਆਉਂਦਾ ਅੱਛਾ ਹੋਮ ਡਿਲੀਵਰੀ ਵੀ ਕਰਦੇ ਬਾਈਕ ਵਗੈਰਾ ਵੀ ਚਲਾ ਲੈਂਦੇ ਹਾਂਜੀ ਠੀਕ ਹੈ ਸਰ ਅਤੇ ਬਿਲਿੰਗ ਕਾਊਂਟਰ ਵੀ ਸਾਂਭ ਲੈਂਦੇ ਕੀ ਆ ਨਹੀਂ ਜੀ ਕੀ ਹਾਲ ਚਾਲ ਜੀ ਠੀਕ ਹੈ ਸਰ ਮੈਮ ਆਪਣਾ ਸ਼ੁਭ ਨੇਮ ਕੀ ਆ ਕੋਮਲਪ੍ਰੀਤ ਕੌਰ ਓਕੇ ਤੇ ਕਿੰਨਾ ਟਾਈਮ ਹੋ ਗਿਆ ਇੱਥੇ ਕੰਮ ਕਰਦੇ ਹੋ ਆਪਾਂ ਨੂੰ 6-7 ਮਹੀਨੇ ਹੋ ਗਏ ਮੈਂ ਪਹਿਲਾਂ ਵੀ ਕੀਤਾ ਹੋਇਆ ਦੂਸਰੀ ਬ੍ਰਾਂਚ ਦੇ ਵਿੱਚ ਓਕੇ ਹਾਂਜੀ ਦੈਨ ਬਿਲਿੰਗ ਆਰਡਰ ਦਾ ਕੰਮ ਕਰਦੇ ਜੇ ਹਾਂਜੀ ਸਰ ਸਾਰਾ ਕੰਮ ਹੀ ਨਾਲ ਆਰਡਰ ਲਗਾਣੇ ਸਭ ਕੁਝ ਹੀ ਠੀਕ ਹੈ ਮੈਮ ਤੇ ਅਗਰ ਆਪਾਂ ਨੂੰ ਬਾਈ ਚਾਂਸ ਸਟਾਫ ਘੱਟ ਹੁੰਦਾ ਵਾ ਤੇ ਹਾਊ ਟੂ ਮੈਨੇਜ ਸਰ ਮੈਨੇਜ ਕਰ ਲਈਦਾ ਹੈ ਕਾਊਂਟਰ ਵੀ ਨਾਲ ਤੇ ਆਰਡਰ ਲਗਾਣਾ ਹੋਵੇ ਮੈਨੇਜ ਹੋ ਜਾਂਦਾ ਹੈ ਤੇ ਡਿਊਟੀ ਕਿੰਨੇ ਤੋਂ ਕਿੰਨੇ ਹੈਗੀ ਮੈਮ ਸਰ 9 ਵਜੇ ਤੋਂ 9 ਵਜੇ ਤੱਕ ਕੀ ਹਾਲ ਚਾਲ ਹੈ ਠੀਕ ਹੈ ਮੈਮ ਬਹੁਤ ਵਧੀਆ ਤੁਸੀਂ ਥੈਂਕ ਯੂ ਸਰ ਤੇ ਆਪਣਾ ਸਰ ਨਾਮ ਕੀ ਹੈਗਾ ਵਾ ਸਰ ਮੇਰਾ ਨਾਮ ਗੁਰਸ਼ਰਨਜੀਤ ਆ ਓਕੇ ਤੇ ਸਰ ਆਪਾਂ ਕਿੱਥੋਂ ਦੇ ਰਹਿਣ ਵਾਲੇ ਆ ਸਰ ਇੱਥੋਂ ਲੋਕਲ ਹੀ ਆ ਓਕੇ ਹਾਂਜੀ ਲੋਕਲ ਹੀ ਜੇ ਤੇ ਸਰ ਖਾਦਾ ਪੀਤਾ ਕਿੱਦਾਂ ਦਾ ਲੱਗਾ ਸਰ ਬਹੁਤ ਵਧੀਆ ਇਹਨਾਂ ਤੋਂ ਆਉਂਦੇ ਰਹੀਦਾ ਇੱਥੇ ਓਕੇ ਹਾਂਜੀ ਤੇ ਮਤਲਬ ਕਿ ਕੀ ਖਾਦਾ ਕੀ ਆਪਾਂ ਅੱਜ ਸਰ ਪੀਜ਼ਾ ਕੀਤਾ ਸੀ ਇਹਨਾਂ ਦਾ ਟੇਸਟ ਓਕੇ ਟੇਸਟ ਪਹਿਲਾਂ ਵੀ ਬਹੁਤ ਵਧੀਆ ਇਹਨਾਂ ਦਾ ਇੱਥੇ ਆਉਂਦੇ ਜਾਂਦੇ ਰਹੀਦਾ ਜੇ ਘਰ ਲੋੜ ਪਵੇ ਘਰੇ ਵੀ ਮੰਗਵਾ ਲਈਦਾ ਕਿਉਂਕਿ ਇਹਨਾਂ ਦੀ ਹੋਮ ਡਿਲੀਵਰੀ ਵੀ ਅਵੇਲੇਬਲ ਹੈ ਇੱਥੇ ਠੀਕ ਹੈ ਹਾਲ ਚਾਲ ਜੀ ਵਧੀਆ ਹੈ ਤੁਸੀਂ ਦੱਸੋ ਸਰ ਤੁਹਾਡੇ ਫਰੈਂਡ ਨੇ ਹਾਂਜੀ ਤੇ ਸਰ ਕਿੱਦਾਂ ਲੱਗਾ ਜੀ ਖਾ ਪੀ ਕੇ ਤੁਹਾਨੂੰ ਹਾਂਜੀ ਬਹੁਤ ਵਧੀਆ ਲੱਗਾ ਠੀਕ ਹੈ ਤੇ ਸਡਨਲੀ ਆਉਂਦੇ ਰਹਿੰਦੇ ਕਿ ਕਦੀ ਕਦੀ ਨਹੀਂ ਫਰੈਂਡ ਨੇ ਫੋਰਸ ਕੀਤਾ ਸੀ ਅੱਜ ਆਏ ਟੇਸਟ ਵਧੀਆ ਲੱਗਾ ਇਹਨਾਂ ਦਾ ਓਕੇ ਹਾਂਜੀ ਰეკਮੈਂਡ ਕੀਤਾ ਹਾਂਜੀ ਰეკਮੈਂਡ ਕੀਤਾ ਜੀ ਸਰ ਤੇ ਨੈਕਸਟ ਟਾਈਮ ਵੀ ਆਇਆ ਕਰੋਗੇ ਹਾਂਜੀ ਨੈਕਸਟ ਟਾਈਮ ਮੈਂ ਆਇਆ ਵਾ ਇਹਨਾਂ ਅੰਦਰ ਦਾ ਵਿਊ ਕਿਦਾਂ ਦਾ ਵਾ ਠੀਕ ਹੈ ਕਾਫੀ ਜਿਹੜਾ ਸੋਹਣਾ ਇਹਨਾਂ ਨੇ ਜਿਹੜਾ ਸਜਾਇਆ ਵਾ ਤੇ ਆ ਇਹਨਾਂ ਦੇ ਮੈਨਿਊ ਵਗੈਰਾ ਹੈਗੇ ਆ ਠੀਕ ਹੈ ਵੈਜ ਪੀਜ਼ਾ ਬਰਗਰ ਵਗੈਰਾ ਜਾਂ ਪੀਜ਼ਾ ਵਗੈਰਾ ਕੁਛ ਵੀ ਆਰਡਰ ਕਰਨਾ ਤੇ ਜਿਹੜੀ ਡਿਸਪਲੇ ਚੱਲਦੀ ਪਈ ਹੈ ਤੁਸੀਂ ਇੱਥੋਂ ਦੇਖ ਕੇ ਜਿਹੜਾ ਵਾ ਆਪਣੇ ਪ੍ਰਾਈਸ ਲਿਸਟ ਦੇ ਅਕੋਰਡਿੰਗ ਜਿਹੜਾ ਵਾ ਕੋਈ ਵੀ ਚੀਜ਼ ਆਰਡਰ ਕਰ ਸਕਦੇ ਕੋਈ ਕਸਟਮਰ ਆਏ ਹੋਏ ਨੇ ਦੈਨ ਉਹਨਾਂ ਲਈ ਜਿਹੜਾ ਵਾ ਬਰਗਰ ਜਿਹੜਾ ਤਿਆਰ ਹੋ ਚੁੱਕਾ ਵਾ ਇਹਦੇ ਵਿੱਚ ਸਰ ਆਪਾਂ ਜਲਾਲਾਬਾਦ ਦੇ ਰਹਿਣ ਵਾਲੇ ਓਕੇ ਇਹ ਲਾਗੇ ਓਕੇ ਜਲਾਲਾਬਾਦ ਦੇ ਰਹਿਣ ਵਾਲੇ ਜੇ ਤੇ ਫਿਰ ਐਡੀ ਦੂਰ ਸਰ ਕੀ ਕਰਨਾ ਆਏ ਆਪਾਂ ਉਹਦਾ ਫਰੈਂਡਸ ਨੂੰ ਮਿਲਣ ਆਏ ਆ
ਫਰੈਂਡਸ ਨੂੰ ਮਿਲਣਾ ਹੈ ਤੇ ਹੁਣ ਇੱਥੇ ਆਪਾਂ ਖਲੋਤੇ ਤੇ ਕੁਝ ਖਾਣ ਪੀਣ ਨੂੰ ਆਰਡਰ ਕੀਤਾ ਸਰ ਹਾਂਜੀ ਖਾਣ ਪੀਣ ਆਰਡਰ ਕਰਨ ਲੱਗੇ ਬਸ ਠੀਕ ਹੈ ਤੇ ਕੀ ਕੀਤਾ ਆਰਡਰ ਸਰ ਬਸ ਲੱਗੇ ਕਰਨ ਡਿਸਾਈਡ ਕਰਨ ਦੇ ਓਕੇ ਹਾਂਜੀ ਤੇ ਮਤਲਬ ਕਿ ਟੇਸਟ ਸਾਨੂੰ ਵਧੀਆ ਲੱਗਦਾ ਹੋਊਗਾ ਕਿ ਇੱਥੇ ਪਹਿਲਾਂ ਵੀ ਕਦੀ ਆਏ ਜਾਂ ਫਸਟ ਟਾਈਮ ਆਏ ਜੇ ਨਹੀਂ ਹਾਂ ਮੈਂ ਫਰੈਂਡਸ ਕਹਿੰਦੇ ਆ ਬਹੁਤ ਵਧੀਆ ਵਾ ਅੱਛਾ ਫਰੈਂਡਸ ਨੇ ਰეკਮੈਂਡ ਕੀਤਾ ਤਾਂ ਤੁਸੀਂ ਇੱਥੇ ਹਾਂਜੀ ਤਾਂ ਕਰਕੇ ਆਏ ਆ ਠੀਕ ਹੈ ਸਰ ਤੇ ਫਰੈਂਡਸ ਨਾਮ ਦੱਸ ਸਕਦੇ ਜੇ ਅਰਨ ਬਾਜਵਾ ਓਕੇ ਤੇ ਦੂਸਰਿਆਂ ਦਾ ਦੂਸਰਾ ਤੈਨੂੰ ਰਾ ਕਦਾ ਤੇ ਕਦਾ ਰਮਨੀਸ਼ ਆ ਤੇ ਕਦਾ ਗੁਸਾਈ ਵਾ ਜੀ ਸਰ ਠੀਕ ਹੈ ਸਰ ਥੈਂਕ ਯੂ ਵੈਲਕਮ ਚੈਨਲ ਐਂਡ ਪ੍ਰੈਸ ਦਾ ਬੈਲ ਆਇਕਨ ਉਹ ਜੇ ਕੰਟੀਨਿਊ ਦੀ ਜ਼ਰੂਰ ਜਾਇਆ ਕਰੋ।